ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜਤਿੰਦਰ ਸਿੰਘ, ਵੈਲਕਮ ਕ੍ਰੌਪ ਸਾਇੰਸ ਤੋਂ। ਔਰ ਸਾਡੇ ਨਾਲ ਸਾਡੇ ਟੀਮ ਦੇ ਮੈਂਬਰ ਜਤਿੰਦਰ ਸਿੰਘ ਜੀ ਨੇ, ਔਰ ਹਰਜੀਤ ਕੌਰ ਨਰਸੀ ਤੋਂ ਭਾਈ ਤਰਸੇਮ ਸਿੰਘ ਨੇ। ਔਰ ਅੱਜ ਅਸੀਂ, ਅੱਜ ਤਰੀਕ ਹੈਗੀ ਹੈ ਜੀ 25/6/24, ਅੱਜ ਸਰਦਾਰ ਜਗਤਾਰ ਸਿੰਘ ਦੇ ਪਲੋਟ ਪਿੰਡ ਮੱਬੋਕੇ ਤਹਿਸੀਲ ਮੰਦੋੜ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਪਹੁੰਚੇ। ਔਰ ਆਪਾਂ ਜ਼ਿਆਦਾ ਸਮਾਂ ਨਾ ਲੈਂਦੇ, ਗਰਮੀ ਬਹੁਤ ਹੈ ਇਸ ਟਾਈਮ, ਅਤੇ ਜ਼ਿਮੀਂਦਾਰ ਭਰਾ ਨੂੰ ਕਹਾਂਗੇ ਵੀ ਉਹ ਵਰਾਇਟੀ ਦੇ ਬਾਰੇ ਦੱਸੇ, ਕਿਉਂ ਜ਼ਿਮੀਂਦਾਰ ਹੀ ਦੱਸੇ, ਜ਼ਿਮੀਂਦਾਰ ਭਰਾਵਾਂ ਨੂੰ ਉਹ ਜ਼ਿਆਦਾ ਵਧੀਆ। ਔਰ ਜਗਤਾਰ ਭਾਅ ਜੀ, ਦੱਸੋ ਤੁਹਾਨੂੰ ਵਰਾਇਟੀ ਕਿਸ ਤਰ੍ਹਾਂ ਲੱਗੀ? ਸਾਨੂੰ ਬਹੁਤ ਅੱਛੀ ਵਰਾਇਟੀ, 18 ਨੰਬਰ ਵਰਾਇਟੀ ਆ। ਵੈਲਕਮ ਜੀ, ਇਹ ਕਿਸ ਤਰ੍ਹਾਂ ਲੱਗੀ ਤੁਹਾਨੂੰ? ਬਹੁਤ ਅੱਛੀ ਲੱਗੀ ਹੈ। ਸ਼ੁਰੂ ਤੋਂ ਲੈ ਕੇ ਐਂਡ ਤੱਕ ਕਿਵੇਂ, ਇਹ ਸਾਰਾ ਦੱਸੋ। ਇਹ ਸ਼ੁਰੂ ਤੋਂ ਐਂਡ ਵਾਧੂ ਲੱਗੀ ਆ ਜੀ। ਹਾਂਜੀ, ਝਾੜ ਕਿਵੇਂ ਆ? ਝਾੜ ਬਹੁਤ ਵਧੀਆ ਜੀ। ਸਾਈਜ਼ ਵੀ ਅੱਛਾ ਹੈ, ਸਾਈਜ਼ ਵੀ ਸੋਹਣਾ। ਔਰ ਇਸ ਟਾਈਮ ਜਿਹੜਾ ਟੈਂਪਰੇਚਰ ਹੈ 45-46 ਚੱਲਦਾ, ਉਸ ਟਾਈਮ ਤੇ ਵੀ ਫਲ ਕਿਸ ਤਰ੍ਹਾਂ ਚੁੱਕਦੀ ਪਈ? ਬਹੁਤ ਵਧੀਆ ਫਲ ਹੈ, ਫਲ ਤੁਹਾਡੇ ਸਾਹਮਣੇ ਆ। ਆਹ ਦੇਖੋ, ਆਹ ਫਲ ਦਿਖਾਓ ਜੀ ਜਤਿੰਦਰ ਜੀ। ਹਾਂਜੀ, ਆਹ ਦੇਖੋ ਫਲ। ਔਰ ਸਾਡੇ ਨਾਲ ਜਿਹਨਾਂ ਨਰਸਰੀ ਵੇਚੀ ਆ, ਆਪਣੇ ਹਰਜੀਤ ਪੌਦ ਨਰਸਰੀ ਦੇ ਭਾਈ ਤਰਸੇਮ ਹੁਣੀ ਵੀ ਨਾਲ ਨੇ। ਭਾਈ ਤਰਸੇਮ ਜੀ, ਦੱਸਿਓ ਤੁਸੀਂ ਤੁਹਾਨੂੰ ਕਿਵੇਂ? ਬਹੁਤ ਸੋਹਣੀ ਵੀਰੇ ਵਰਾਇਟੀ ਆ, ਮੈਂ ਤਾਂ ਜਿਵੇਂ ਤਰ੍ਹਾਂ ਨੂੰ ਕਹਾਂਗਾ ਕਿ ਤੁਸੀਂ ਅੱਧਾ ਕਿਲੋ ਸੀਡ ਸਾਰੀ ਪਨੀਰੀ 'ਚ ਪਾਇਆ ਸੀ? ਪਾਇਆ ਸੀ ਇਸ ਇਲਾਕੇ ਦੇ ਕਾਫੀ ਜਗ੍ਹਾ ਜਿਮੀਂਦਾਰਾਂ ਨੂੰ, ਤੁਸੀਂ ਕਿਨਾਰ ਕਨਾਲ, ਦੋ ਕਨਾਲ, ਚਾਰ ਕਨਾਲ ਵੀ ਲਾਏ ਆ। ਬਾਕੀ ਉਹਨਾਂ ਦੇ ਨਾਲ ਹੋਰ ਵਰਾਇਟੀਆਂ ਲੱਗੀਆਂ ਨੇ, ਹਾਂਜੀ, ਬਾਕੀ ਉਹ ਵਰਾਇਟੀਆਂ ਉਹਨਾਂ ਨਾਲੋਂ ਕਿਤੇ ਵਧੀਆ ਲੈ, ਵਧੀਆ ਲੈਣ ਦੀ। ਹਾਂਜੀ, ਐਂਡ ਤੱਕ ਵੀ ਬਿਲਕੁਲ ਸਹੀ ਆ, ਐਂਡ ਤੱਕ ਜੋ ਤੁਹਾਨੂੰ ਚੀਜ਼ਾਂ ਦੱਸੀਆਂ ਮੈਂ ਉਹ ਚੀਜ਼ਾਂ ਪੂਰੀਆਂ ਹੋਈਆਂ। ਮੈਨੂੰ ਉਹਦੇ ਤੋਂ 21 ਹੋਇਆ। ਚਲੋ ਠੀਕ ਹੈ। ਔਰ ਗੱਬਰ ਭਾਈ ਸਾਡੇ ਨਾਲ ਨੇ, ਔਰ ਇਹਨਾਂ ਦਾ ਵੀ ਸ਼ਿਮਲਾ ਮਿਰਚ ਵਿੱਚ ਬਹੁਤ ਤਜਰਬਾ। ਤੁਹਾਨੂੰ ਕਿਵੇਂ ਲੱਗੀ ਭਾਜੀ? ਜਿਹੜਾ ਭਾਜੀ ਪਹਿਲਾ ਪਲਾਟ ਦੇਖਿਆ, ਪਹਿਲਾ ਜ਼ਬਰਦਸਤ ਪਲਾਟ ਇਸ ਟਾਈਮ ਦੇ, ਇਸ ਟਾਈਮ ਦੇ ਵਿੱਚ ਪਹਿਲਾ ਪਲਾਟ ਕਿਹੜਾ, ਇੰਨਾ ਜ਼ਬਰਦਸਤ ਪਲਾਟ ਦੇਖਿਆ। ਠੀਕ ਹੈ, ਬਹੁਤ ਸੋਹਣਾ ਪਲਾਟ। ਔਰ ਵੀਰ ਜੀ ਉਹਨਾਂ ਦਾ ਵੀ ਕਾਫੀ ਤਜਰਬਾ, ਭਾਈ ਤੁਸੀਂ ਦੱਸੋ ਤੁਹਾਨੂੰ ਕਿਵੇਂ ਲੱਗੀ? ਮੈਂ ਇੱਕ ਖੇਲ ਲਾਈ ਜੀ ਇਹਦੀ, ਮੇਰੇ ਵੀ ਸੇਮ ਹੀ ਹੈ, ਵੀਰ ਵੇਖ ਕੇ ਆਉਂਦੇ ਨੇ, ਗਾਂ ਨੂੰ ਲਾਵਾਂਗੇ ਜ਼ਰੂਰ। ਠੀਕ ਹੈ, ਇੰਨੇ ਟੈਂਪਰੇਚਰ ਪਹਿਲਾ ਪਲਾਟ ਵੇਖਿਆ ਮੈਂ, ਬਾਕੀ ਮੀਟਿੰਗਾਂ 'ਚ ਤਾਂ ਬਹੁਤ ਗਏ, ਲੇਕਿਨ ਜਿੰਨੀ ਮਿਰਚ ਇਹਨੂੰ ਲੱਗੀ ਪਹਿਲੀ। ਤੁਸੀਂ ਭਾਜੀ ਦੱਸੋ ਤੁਹਾਨੂੰ ਕਿਵੇਂ ਲੱਗੀ? ਬਹੁਤ ਘੈਂਟ ਲੱਗੀ। ਔਰ ਕਿਵੇਂ ਤੁਹਾਡ੾ ਮਨ ਖੁਸ਼ ਪੂਰਾ ਦੇਖ? ਪੂਰਾ ਮਨ ਖੁਸ਼ ਹੋ ਗਿਆ ਜੀ, ਬਹੁਤ ਵਧੀਆ। ਔਰ ਅੰਕਲ ਨੇ, ਤੁਸੀਂ ਦੱਸੋ ਤੁਸੀਂ ਥੋੜਾ ਆਪਣਾ ਵੇਰਵਾ? ਇਹਦੇ ਵੱਲ ਵੇਖ ਕੇ ਮੈਂ ਵੀ ਲਾਉਣ ਲੱਗ ਪਿਆ ਜੀ। ਠੀਕ ਹੈ ਜੀ, ਪਹਿਲਾਂ ਮੈਂ ਇਕੱਲੀ ਦੁਕਾਨ 'ਚ ਬੈਠਾ ਰਹਿੰਦਾ, ਉੱਥੇ 300 ਬਣਦਾ, ਇੱਕ ਉਧਾਰ ਲਿਆ ਕੁਛ ਲੈ ਗਿਆ। ਠੀਕ ਹੈ, ਹੁਣ ਤੁਸੀਂ ਖੇਤੀ ਕਰਨੀ ਹੈ ਸ਼ਿਮਲਾ ਮਿਰਚ ਲਾਉਣੀ ਵੇਖ? ਅਗਲੇ ਸਾਲ ਵਾਹ ਲਾਉਣਾ। ਠੀਕ ਹੈ, ਇਹਦੇ ਤੋਂ ਇਲਾਵਾ ਫਲ ਹੀ ਹੈ ਨਹੀਂ ਕਿਸੇ ਨੂੰ?